ਸੋਚਦੇ ਯਾਰ ਉੱਥੇ ਸਾਡੇ 25 ਬੰਦੇ ਦੇ ਆਉਣ ਘੱਟੋ ਘੱਟ, ਮੈਂ ਉੱਥੇ ਪਹੁੰਚਾ ਕਿਆ ਪਤਾ ਅਗਲੇ ਅਗਲੇ ਉੱਥੇ ਪਹੁੰਚਣਾ ਉੱਥੇ ਕੀ ਹਾਲਾਤ ਆ, ਅੱਗੇ ਬਾਣ ਮੋਹਰੇ ਬੰਦੇ ਟਾਂਗਾ ਦੇ ਖੜੇ ਹੋਣ, ਤੇ ਮੇਰਾ ਬੰਦਾ ਉੱਥੇ ਪਹਿਲਾਂ ਪਹੁੰਚਿਆ ਹੋਇਆ ਤੁਹਾਨੂੰ ਧਾਰਨ ਆ ਜਾਓ ਪੁੱਤਰ। ਉਹੀ ਜੇ ਆਪਾਂ 20 ਬੰਦੇ ਪਹੁੰਚੇ ਹੋਏ, ਪੁਲਿਸ ਤੇ ਪ੍ਰਸ਼ਾਸਨ ਦੇ ਫਰਕ ਪੈਂਦਾ, ਉੱਥੇ ਲੀਡਰ ਆਇਆ ਹੁੰਦਾ ਉੱਥੇ ਫਰਕ ਪੈਂਦਾ, ਓਪੋਜੀਸ਼ਨ ਦੇ ਫਰਕ ਪੈਂਦਾ, ਹੋਸਪਿਟਲ ਦੇ ਡਾਕਟਰ ਦੇ ਫਰਕ ਪੈਂਦਾ, ਯਾਰ ਇੰਨੇ ਪੱਤਰ ਇਕੱਠੇ ਹੋਏ ਕੀ ਹੋ ਗਿਆ। ਔਰ ਵੱਡੀ ਗੱਲ ਇਹ ਹੈ ਕਿ ਅੱਧਾ ਦੁੱਖ ਰਹਿੰਦਾ ਉਸ ਬੰਦੇ ਦਾ, ਜਦੋਂ ਅਸੀਂ 25 ਬੰਦੇ ਨੇ ਸਾਨੂੰ ਸੋਨੂੰ ਸ਼ੌਕੜਾ ਦੇਖ ਲਿਆ ਯਾਰ, ਇਹਨੂੰ ਦਿੱਕਤ ਆਈ ਹੈ ਬੇਟਾ ਹੋਸਪਿਟਲ 'ਚ, ਇਹਨੂੰ ਸੰਭਾਲਣਾ ਹੈ, 25 ਬੰਦੇ ਉੱਤੇ ਖੜੇ, ਕੋਈ ਗੱਲ ਨਹੀਂ ਆਪਾਂ ਤੇਰੇ ਭਰਾ ਦੇ ਨਾਲ ਖੜੇ, ਦੱਸ ਤੁਹਾਨੂੰ ਕੀ ਚਾਹੀਦਾ ਯਾਰ, ਤੂੰ ਕਿੱਦਾਂ ਕਰਾ ਦਾ। ਇਸ ਵਾਸਤੇ ਆਪਾਂ ਇਸ ਤਰ੍ਹਾਂ ਸਿਸਟਮ ਬਣਾਉਣੀ ਹੈ ਕਿ ਯਾਰ ਘੱਟੋ ਘੱਟ ਇਹ ਤਾਂ ਪਤਾ 20 ਬੰਦੇ ਦੇ ਆ ਹੀ ਜਾਣੇ ਆ, ਅੱਗੇ ਜਾਓ। ਹੋਰ ਸਾਡਾ ਭਰਾ ਕੋਈ ਇਹੋ ਜਿਹਾ ਜਿਹੜਾ ਟਾਈਮ ਦੇ ਸਕਦਾ। ਬਿਨਾ ਇੱਕ ਟੀਮ ਵਰਕ ਤੋਂ ਕੋਈ ਵੀ ਜ਼ਿੰਮੇਵਾਰੀ ਨਿਭਾਈ ਨਹੀਂ ਜਾ ਸਕਦੀ। ਪ੍ਰਧਾਨ ਜਾਂ ਕੋਈ ਕਿਸੇ ਵੀ ਜ਼ਿੰਮੇਵਾਰੀ ਦਾ ਅਹੁਦਾ ਨਾ, ਉਹ ਆਪਾਂ ਉਨੀ ਦੇਰ ਤੱਕ ਆਪਾਂ ਉੱਥੇ ਸਫਲ ਨਹੀਂ ਹੋ ਸਕਦੇ। ਜਾਂ ਐਸੋਸੀਏਸ਼ਨ ਨੂੰ ਆਪਾਂ ਰੈਗੂਲਰ ਲਗਾਤਾਰ 4-5 ਸਾਲ ਤੋਂ ਚਲਾ ਰਹੇ ਹਾਂ, ਉਹ ਇਹ ਤਾਂ ਹੀ ਚੱਲ ਪਾਈ ਹੈ ਕਿ ਤੁਸੀਂ ਸਾਰੇ ਬਿਨਾਂ ਕਿਸੇ ਸਵਾਲ ਤੋਂ, ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਅਹੁਦੇ ਦੇ ਲਾਲਚ ਤੋਂ ਤੁਸੀਂ ਪੂਰਾ ਸਾਥ ਦਿੰਦੇ। ਨਹੀਂ ਤਾਂ ਇਸ ਤਰ੍ਹਾਂ ਨਹੀਂ ਆਇਆ ਕਿ ਇਸ ਐਸੋਸੀਏਸ਼ਨ ਦੇ ਵਿੱਚ ਤੋਂ ਮੇਰੇ ਤੋਂ ਵੀ ਕਾਬਲ ਬੰਦੇ ਨਹੀਂ ਆਏ, ਮੇਰੇ ਤੋਂ ਵੀ ਬੜੇ ਬੜੇ ਕਾਬਲ, ਮੇਰੇ ਤੋਂ ਵੀ ਕਈ ਜ਼ਿਆਦਾ ਐਕਸਪੀਰੀਅੰਸ ਔਰ ਮੇਰੇ ਤੋਂ ਵੀ ਜ਼ਿਆਦਾ ਸਮਝਦਾਰ ਇਸ ਸੰਸਥਾ ਵਿੱਚ ਬੈਠੇ ਆ। ਲੇਕਿਨ ਇਹ ਤਾਂ ਤੁਹਾਡਾ ਸਾਰਿਆਂ ਦਾ ਵੱਡੇ ਦਾ ਬੁਢਾਪਾ ਨਾ, ਜਿਹਨਾਂ ਨੂੰ ਲੱਗਦਾ ਕਿ ਇਹ ਜਿਹੜੀ ਜ਼ਿੰਮੇਵਾਰੀ ਆ ਹੁਣ ਤੱਕ ਵੀ ਮੇਰੇ ਦੁਆਰਾ ਵਧੀਆ ਨਿਭਾਈ ਗਈ ਔਰ ਗਾਂਹ ਵੀ ਇਸੇ ਤਰ੍ਹਾਂ ਸੰਗਠਨ ਮਜ਼ਬੂਤ ਰਹੇ, ਸੰਗਠਿਤ ਰਹੇ, ਅਤੇ ਇਸ ਵਾਸਤੇ ਤੁਸੀਂ ਇਹ ਮੈਨੂੰ ਜ਼ਿੰਮੇਵਾਰੀ ਦੇ ਰਹੇ ਆ, ਅਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਇਹਦੇ ਨਾਲ ਹੀ ਜਿਹੜੀਆਂ ਸਾਡੀਆਂ ਬਾਕੀ ਜ਼ਿੰਮੇਵਾਰੀ, ਜਿਹੜੀ ਸਾਡੀ ਬਾਕੀ ਕਾਰਿਆਕਰਮੀ, ਮੈਂ ਬੇਨਤੀ ਕਰੂੰਗਾ ਕਿ ਜਿਹਦਾ ਵੀ ਮੈਂ ਨਾਮ ਲਾਊਂਗਾ ਉਹ ਆਪਣੇ ਸਥਾਨ 'ਤੇ ਖੜ੍ਹੇ ਹੋਵੇਗਾ। ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰਾਮ ਰਾਮ, ਧੰਨਵਾਦ। ਖੜ੍ਹੇ ਹੋ ਕੇ ਹੱਥ ਜੋੜ ਕੇ ਜ਼ਰੂਰ ਕਰੇ ਜਿਹਦਾ ਅਸੀਂ ਨਾਮ ਲਵਾਂਗੇ। ਮੈਂ ਸਾਰਿਆਂ ਤੋਂ ਪਹਿਲਾਂ ਜਿਹੜੇ ਸਾਡੇ ਐਸੋਸੀਏਸ਼ਨ ਦੇ ਪਹਿਲੇ ਅਲੱਗ ਅਲੱਗ ਅਹੁਦੇ 'ਤੇ ਜ਼ਿੰਮੇਵਾਰੀ ਉਹਨਾਂ ਨੇ ਨਿਭਾਈ ਆ, ਔਰ ਫਿਲਹਾਲ ਪਿਛਲੇ ਇੱਕ ਡੇਢ ਸਾਲ ਤੋਂ ਉਹਨਾਂ ਨੇ ਚੇਅਰਮੈਨ ਦੀ ਜ਼ਿੰਮੇਵਾਰੀ ਨਿਭਾਈ ਸਾਡੇ ਸ਼੍ਰੀ ਪ੍ਰਦੀਪ ਵਰਮਾ ਜੀ, ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਬਹੁਤ ਹੀ ਬਖੂਬੀ ਨਿਭਾਇਆ, ਔਰ ਇਸ ਵਾਰ ਅਸੀਂ ਆਪਣੇ ਐਸੋਸੀਏਸ਼ਨ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਇਸ ਉਸ ਸ਼ਖਸ ਨੂੰ ਦੇ ਰਹੇ ਹਾਂ ਜੋ ਪਿਛਲੇ 4 ਸਾਲ ਤੋਂ ਲਗਾਤਾਰ ਸਾਡੀ ਸੰਸਥਾ ਦੇ ਨਾਲ ਬੰਦਿਆਂ ਨੇ ਕੰਧਾਂ ਮਿਲਾ ਕੇ ਚੱਲਿਆ। ਪਹਿਲਾਂ ਉਹਨਾਂ ਨੇ ਚੀਫ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਨਿਭਾਈ ਔਰ ਤਕਰੀਬਨ 25 ਸਾਲ ਤੋਂ ਪੱਤਰਕਾਰਤਾ ਕਰ ਰਹੇ ਆ, ਜਗਬਾਣੀ, ਅਜੀਤ, ਸਪੋਕਸਮੈਨ, ਕਈ ਅਲੱਗ ਅਲੱਗ ਅਧਾਰੇ 'ਚ ਉਹਨਾਂ ਨੇ ਕੰਮ ਕੀਤਾ। ਸ਼ਹਿਰ 'ਚ ਇੱਕ ਉਹਨਾਂ ਦਾ ਇੱਕ ਜਿਹੜੇ ਵੀ ਸੀਨੀਅਰ ਜਰਨਲਿਸਟ ਵਾ, ਜਿਹੜੇ ਅਖਬਾਰਾਂ ਵਾ, ਚੈਨਲ ਆ, ਤਕਰੀਬਨ ਸਾਰੇ ਉਹਨਾਂ ਦੇ ਨਾਮ ਤੋਂ ਕੋਈ ਇਹ ਨਹੀਂ ਕਿ ਉਹਨਾਂ ਨੂੰ ਜਾਣਦੇ ਨੇ। ਤਾਂ ਮੈਂ ਨਾਮ ਅਨਾਊਂਸ ਕਰੂੰਗਾ ਔਰ ਬੇਨਤੀ ਕਰੂੰਗਾ ਸ਼੍ਰੀ ਸਰਦਾਰ ਗੁਰਪ੍ਰੀਤ ਸਿੰਘ ਸੰਧੂ ਜੀ, ਇਹਨਾਂ ਨੂੰ ਆਪਣੀ ਚੇਅਰਮੈਨ ਦੀ ਜ਼ਿੰਮੇਵਾਰੀ ਦੇ ਰਹੇ ਹਾਂ। ਹਾਂਜੀ ਹਾਂਜੀ ਸਰ, ਜੋ ਅੱਜ ਮੀਟਿੰਗ ਹੋਈ ਆ ਉਹਦੇ ਬਾਰੇ ਥੋੜਾ ਬਰੀਫ ਕਰ ਦਿਓ। ਅੱਜ ਸਰਕਟ ਹਾਊਸ ਦੇ ਵਿੱਚ ਜਿਹੜੀ ਮੀਡੀਆ ਐਸੋਸੀਏਸ਼ਨ ਦੀ ਇੱਕ ਮੀਟਿੰਗ ਹੋਈ ਹੈ,
ਇਸ ਮੀਟਿੰਗ ਦੇ ਵਿੱਚ ਨਵੀਂ ਡਿਜੀਟਲ ਮੀਡੀਆ ਐਸੋਸੀਏਸ਼ਨ ਨਵੀਂ ਕਾਰਜਕਾਰਨੀ ਘੋਸ਼ਿਤ ਕੀਤੀ ਗਈ ਹੈ, ਜਿਹਦੇ ਵਿੱਚ ਮੈਨੂੰ ਸਾਰੇ ਪੱਤਰਕਾਰਾਂ ਨੇ ਤਕਰੀਬਨ ਅੱਜ 125 ਪੱਤਰਕਾਰ ਇਕੱਠੇ ਹੋਏ ਸੀ, ਸਾਰਿਆਂ ਨੇ ਮਿਲ ਕੇ ਸਾਨੂੰ ਸਮਰਪਿਤ ਦੇ ਨਾਲ ਅੱਜ ਮੈਨੂੰ ਅਮਨ ਬੱਗਾ ਮੈਂ ਮੈਨੂੰ ਉਹਨਾਂ ਨੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਆ। ਮੇਰੇ ਨਾਲ ਸਾਡੇ ਗੁਰਪ੍ਰੀਤ ਸਿੰਘ ਸੰਧੂ ਜੀ, ਇਹਨਾਂ ਨੂੰ ਡਿਜੀਟਲ ਮੀਡੀਆ ਐਸੋਸੀਏਸ਼ਨ ਦਾ ਚੇਅਰਮੈਨ, ਔਰ ਸਾਡੇ ਨਾਲ ਅਜੀਤ ਸਿੰਘ ਬੁਲੰਦ ਜੀ, ਇਹਨਾਂ ਨੂੰ ਜਨਰਲ ਸੈਕਟਰੀ, ਅਮਰ ਆਪਣੇ ਮਹਾਵੀਰ ਸੇਠ ਜੀ, ਇਹਨਾਂ ਨੂੰ ਅਸੀਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ, ਔਰ ਨਾਲ ਸਾਡੇ ਪ੍ਰਦੀਪ ਵਰਮਾ ਜੀ, ਇਹਨਾਂ ਨੂੰ ਅਸੀਂ ਪੈਟਰਨ ਦੀ ਜ਼ਿੰਮੇਵਾਰੀ ਦਿੱਤੀ ਆ, ਔਰ ਨਾਲ ਹੀ ਸਾਡੇ ਜਸਵਿੰਦਰ ਸਿੰਘ ਆਜ਼ਾਦ ਜੀ, ਇਹ ਸਾਡੇ ਚੀਫ ਐਡਵਾਈਜ਼ਰ, ਔਰ ਨਾਲ ਹੀ ਚੀਫ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਜਿਹੜੀ ਅਸੀਂ ਨਾਲ ਸਕਰੀਨਿੰਗ ਕਮੇਟੀ ਦੇ ਹੈੱਡ ਦੀ ਜ਼ਿੰਮੇਵਾਰੀ ਆ ਸੁਸ਼ੀਲ ਸੁਮੇਸ਼ ਸ਼ਰਮਾ ਨੇ ਦਿੱਤੀ ਆ। ਇਹਦੇ ਨਾਲ ਨਾਲ ਹੀ ਅਲੱਗ ਅਲੱਗ ਬਹੁਤ ਸਾਰੇ ਅਸੀਂ ਜ਼ਿੰਮੇਵਾਰੀਆਂ ਹੋਰ ਵੀ ਦਿੱਤੀਆਂ ਵਾ, ਔਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਪੂਰੀ ਆਪਣੀ ਜਿਹੜੀ ਐਸੋਸੀਏਸ਼ਨ ਦੀ ਪੂਰੀ ਕਾਰਜਕਾਰਨੀ ਵੀ ਘੋਸ਼ਿਤ ਕਰਾਂਗੇ। ਔਰ ਇਹਦੇ ਨਾਲ ਨਾਲ ਅੱਜ ਅਸੀਂ ਤਕਰੀਬਨ 100 ਤੋਂ ਜ਼ਿਆਦਾ ਪੱਤਰਕਾਰਾਂ ਨੂੰ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ID ਕਾਰਡ ਔਰ ਨਾਲ ਵਹੀਕਲ ਸਟਿੱਕਰ ਵੀ ਅਸੀਂ ਭੇਂਟ ਕਰ ਰਹੇ ਹਾਂ, ਸਾਰਿਆਂ ਨੂੰ ਦੇ ਦਿੱਤੇ ਗਏ ਆ। ਔਰ ਬਹੁਤ ਜਲਦੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸੰਸਥਾ ਦੇ ਅਲੱਗ ਅਲੱਗ ਇਲਾਕੇ ਦੇ ਵਿੱਚ ਮੀਟਿੰਗਾਂ ਕਰਕੇ ਉੱਥੇ ਜਿਹੜੇ ਸਾਡੇ ਅਲੱਗ ਅਲੱਗ ਸਾਡੇ ਜਰਨਲਿਸਟ ਵਾ ਉਹਨਾਂ ਨੂੰ ਜ਼ਿੰਮੇਵਾਰੀ ਵੀ ਸੌਂਪਾਂਗੇ, ਨਾਲ ਨਿਯੁਕਤੀ ਪੱਤਰ ਵੀ ਸੌਂਪਾਂਗੇ। ਅਤੇ ਔਰ ਇਹਦੇ ਨਾਲ ਨਾਲ ਹੀ ਮੈਂ ਸ਼ਹਿਰ ਵਾਸੀਆਂ ਅੱਗੇ ਔਰ ਪ੍ਰਸ਼ਾਸਨ ਅੱਗੇ ਇਹ ਪ੍ਰਾਰਥਨਾ ਜ਼ਰੂਰ ਕਰੂੰਗਾ ਕਿ ਪੱਤਰਕਾਰਾਂ ਨਾਲ ਲਗਾਤਾਰ ਅਸੀਂ ਜੋ ਦੇਖਦੇ ਆ ਰਹੇ ਹਾਂ, ਲਗਾਤਾਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਪੱਤਰਕਾਰਾਂ ਨੂੰ ਫੀਲਡ ਦੇ ਵਿੱਚ ਆਉਂਦੀਆਂ ਵਾ, ਪੱਤਰਕਾਰਾਂ ਨਾਲ ਬਹੁਤ ਸਾਰੇ ਕਈ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਦੇ ਆਉਣ ਦੀ ਵਜ੍ਹਾ ਨਾਲ ਪੱਤਰਕਾਰਾਂ ਦੇ ਬਹੁਤ ਸਾਰੇ ਆਪਾਂ ਜਿਹੜਾ ਦੇਖਦੇ ਹਾਂ ਕਿ ਉਹਨਾਂ ਦੇ ਅਪਮਾਨ ਹੀ ਹੁੰਦੇ ਆ। ਅਤੇ ਇਹੋ ਜਿਹੇ ਮੈਂ ਆਮ ਜਨਤਾ ਨੂੰ ਜ਼ਰੂਰ ਇਹ ਬੇਨਤੀ ਕਰਾਂਗਾ ਔਰ ਅਗਰੇ ਕਰਾਂਗਾ ਕਿ ਪੱਤਰਕਾਰਾਂ ਦਾ ਸਨਮਾਨ ਬਹੁਤ ਜ਼ਰੂਰੀ ਆ, ਸਾਰੇ ਆਮ ਜਨਤਾ, ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਪੱਤਰਕਾਰਾਂ ਦਾ ਸਨਮਾਨ ਕਰਨ, ਔਰ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਪੱਤਰਕਾਰ ਇਹੋ ਜਿਹੇ ਵੀ ਫੀਲਡ ਵਿੱਚ ਹੈਗੇ ਆ ਜਿਹੜੇ ਕਿ ਅਸਲ 'ਚ ਪੱਤਰਕਾਰ ਹੈ ਨਹੀਂ ਗੇ, ਲੇਕਿਨ ਜਿਹੜੇ ਇਸ ਵਾਸਤੇ ਜਨਤਾ ਥੋੜ੍ਹੀ ਭਰਮਿਤ ਹੋ ਜਾਂਦੀ ਆ, ਕਿਸੇ ਦੇ ਗੱਡੀ ਦੇ ਅੱਗੇ ਪ੍ਰੈਸ ਲਿਖਣਾ ਕੋਈ ਪੱਤਰਕਾਰ ਨਹੀਂ ਹੈਗਾ, ਕਿਸੇ ਕੋਲ ਕਾਰਡ ਹੋਣਾ ਕੋਈ ਪੱਤਰਕਾਰ ਨਹੀਂ ਹੈਗਾ, ਲੇਕਿਨ ਉਹ ਜਿਹੜੇ ਜਾਅਲੀ ਪੱਤਰਕਾਰ ਕੁਛ ਮਾਰਕੀਟ 'ਚ ਹੈਗੇ ਆ ਉਹਨਾਂ ਦੀ ਵਜ੍ਹਾ ਨਾਲ ਜਨਤਾ ਸਾਡੇ ਵਰਗੇ ਜਿਹੜੇ ਸੀਨੀਅਰ ਜਰਨਲਿਸਟ ਵਾ ਜਾਂ ਜਿਹੜੇ ਸਾਡੀ ਐਸੋਸੀਏਸ਼ਨ ਨਾਲ ਜੁੜ ਕੇ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਕਿਉਂਕਿ ਇੱਕੋ ਹੀ ਤਰਾਜੂ 'ਚ ਤੋਲ ਲੈਂਦੇ ਆ। ਜਨਤਾ ਅੱਗੇ ਪ੍ਰਾਰਥਨਾ ਵਾ ਕਿ ਤੁਸੀਂ ਪਹਿਲਾਂ ਦੇਖਿਆ ਕਰੋ ਕਿ ਜਿਹੜਾ ਤੁਹਾਡੇ ਸਾਹਮਣੇ ਹੈਗਾ ਵਾ ਉਹ ਪੱਤਰਕਾਰ ਹੈਗਾ ਕਿ ਨਹੀਂ ਹੈਗਾ, ਜੋ ਪੱਤਰਕਾਰ ਨਹੀਂ ਹੈਗਾ ਤਾਂ ਜ਼ਰੂਰ ਤੁਹਾਡਾ ਜੋ ਤੁਹਾਡਾ ਮਨ ਕਰੇ ਕਰੇ, ਲੇਕਿਨ ਅਗਰ ਉਹ ਪੱਤਰਕਾਰ ਹੈ ਤਾਂ ਤੁਹਾਡਾ ਫਰਜ਼ ਬਣਦਾ ਵਾ ਪੱਤਰਕਾਰ ਦਾ ਮਾਨ ਸਨਮਾਨ ਪੂਰਾ ਨਾ ਰੱਖਣਾ ਚਾਹੀਦਾ ਵਾ, ਕਿਉਂਕਿ ਅਸੀਂ ਦੇਖਿਆ ਬਹੁਤ ਵਾਰੀ ਅਲੱਗ ਅਲੱਗ ਤਰ੍ਹਾਂ ਦੇ ਸਮੱਸਿਆਵਾਂ ਪੱਤਰਕਾਰਾਂ ਜਦੋਂ ਆਉਂਦੀਆਂ ਵਾ ਲੋਕ ਪੱਤਰਕਾਰਾਂ ਨਾਲ ਮਿਸਬਿਹੇਵ ਕਰਦੇ ਆ, ਫਿਰ ਬਾਅਦ ਉਹ ਸਾਡੀ ਐਸੋਸੀਏਸ਼ਨ ਬਹੁਤ ਵਾਰ ਅਸੀਂ ਸਾਡੀ ਐਸੋਸੀਏਸ਼ਨ ਨੇ ਉਹੋ ਜਿਹੇ ਲੋਕਾਂ ਨੂੰ ਫਿਰ ਮੌਕੇ 'ਤੇ ਜਾ ਕੇ ਸਬਕ ਵੀ ਸਿਖਾਇਆ ਵਾ, ਬਾਅਦ 'ਚੋਂ ਫਿਰ ਲੋਕ ਸਾਡੇ ਤੋਂ ਫਿਰ ਮਾਫ਼ੀ ਮੰਗਦੇ ਆ, ਪੱਤਰਕਾਰ ਤੋਂ ਮਾਫ਼ੀ ਮੰਗਣੀ ਪੈਂਦੀ ਆ, ਕਈਆਂ 'ਤੇ ਕਾਰਵਾਈ ਵੀ ਕਰਨੀ ਪੈਂਦੀ ਸਾਨੂੰ। ਇਸ ਵਾਸਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਿਸੇ ਪੱਤਰਕਾਰ ਨੂੰ ਕੋਈ ਦਿੱਕਤ ਪਰੇਸ਼ਾਨੀ ਆਵੇ, ਬਾਅਦ ਵਿੱਚ ਅਸੀਂ ਮੌਕੇ 'ਤੇ ਜਾ ਕੇ ਅਸੀਂ ਆਪਣੇ ਪੱਤਰਕਾਰ ਦੇ ਇਨਸਾਫ ਲਈ ਉਹਦੇ ਹੱਕ ਲਈ ਸਾਨੂੰ ਆਵਾਜ਼ ਬੁਲੰਦ ਕਰਨੀ ਪਵੇ। ਇਸ ਵਾਸਤੇ ਅਸੀਂ ਪ੍ਰਸ਼ਾਸਨ ਅੱਗੇ ਵੀ ਪ੍ਰਾਰਥਨਾ ਕਰਦੇ ਹਾਂ, ਪੁਲਿਸ ਪ੍ਰਸ਼ਾਸਨ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਉਹ ਵੀ ਆਪਣੇ ਪੁਲਿਸ ਅਧਿਕਾਰੀਆਂ ਨੂੰ ਜਾਂ ਪ੍ਰਸ਼ਾਸਨ ਨੂੰ ਇਹ ਜ਼ਰੂਰ ਕਵੇ ਕਿ ਪੱਤਰਕਾਰਾਂ ਦਾ ਜੋ ਬਣਦਾ ਮਾਨ ਸਨਮਾਨ ਆ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ। ਅਗਾਂਹ ਵੀ ਅਸੀਂ ਆਉਣ ਵਾਲੇ ਟਾਈਮ 'ਚ ਕੋਈ ਵੀ ਪੱਤਰਕਾਰ ਨੂੰ ਅਗਰ ਕਿਸੇ ਨੂੰ ਦਿੱਕਤ ਪਰੇਸ਼ਾਨੀ ਆਉਂਦੀ ਆ ਤਾਂ ਅਸੀਂ ਹਰ ਪੱਤਰਕਾਰ ਦੇ ਨਾਲ ਕੰਧੇ ਨਾਲ ਕੰਧਾਂ ਬਣਾ ਕੇ ਖੜ੍ਹੇ ਹੋਏ ਹਾਂ, ਖੜ੍ਹੇ ਰਹਾਂਗੇ ਔਰ ਉਹਨੂੰ ਪੂਰੇ ਹੱਕਾਂ ਦੀ ਲੜਾਈ ਲੜਦੇ ਰਹਾਂ। ਥੈਂਕ ਯੂ।